ਬੀਤੇ 3 ਦਿਨ ਤੋਂ ਦਰਿਆ ਬਿਆਸ ਦੇ ਵਿੱਚ 4 ਨੌਜਵਾਨ ਜਿਹੜੇ ਨੇ ਉਹ ਲਾਪਤਾ ਹੋਏ ਨੇ ਔਰ ਹੁਣ ਦੀ ਜੇਕਰ ਗੱਲ ਕਰੀਏ ਤਾਂ ਅੱਜ ਮੁੜ ਤੋਂ 3ਰੇ ਦਿਨ ਜਿਹੜਾ ਹੈਗਾ ਹੈ ਦੁਬਾਰਾ ਤੋਂ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਹੈ ਉਹ ਸ਼ੁਰੂ ਕੀਤਾ ਗਿਆ। ਇਸ ਸਮੇਂ ਤਸਵੀਰਾਂ ਦਰਿਆ ਬਿਆਸ ਤੋਂ ਅਸੀਂ ਦਿਖਾ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਅੱਜ ਕੋਸ਼ਿਸ਼ ਕਰ ਰਹੇ ਹਾਂ ਕਿ ਪਹਿਲਾਂ ਵੀ 2 ਦਿਨ ਤੋਂ ਜਿਹੜਾ ਸੀਗਾ ਉਹ ਟੀਮਾਂ ਲੱਗੀਆਂ ਹੋਈਆਂ ਸੀ ਇਹਨਾਂ ਨੂੰ, ਅੱਜ 3ਰੇ ਦਿਨ ਜਿਹੜਾ ਹੈਗਾ ਇਹ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਹੈਗਾ। ਔਰ ਮੇਰੇ ਨਾਲ ਇਸ ਸਮੇਂ ਬਾਬਾ ਦੀਪ ਸਿੰਘ ਸੇਵਾ ਦਲ ਤੋਂ ਗੜਦੀ ਵਾਲਾ ਤੋਂ ਜਿਹੜੇ ਮੁੱਖ ਸੇਵਾਦਾਰ ਨੇ ਮਨਜੋਤ ਸਿੰਘ ਜੀ ਨਾਲ ਨੇ। ਮਨਜੋਤ ਸਿੰਘ ਜੀ ਕੱਲ੍ਹ ਵੀ ਜਿਹੜਾ ਸੀਗਾ ਤੁਹਾਡੀਆਂ ਟੀਮਾਂ ਆਈਆਂ ਸੀਗੀਆਂ ਔਰ ਰੈਸਕਿਊ ਆਪਰੇਸ਼ਨ ਜਿਹੜਾ ਸੀਗਾ ਉਹ ਕੀਤਾ ਜਾ ਰਿਹਾ ਸੀਗਾ, ਤਾਂ ਹੁਣ ਕੱਲ੍ਹ ਨੂੰ ਜਿਹੜੀ ਜਾਂਚ ਪੜਤਾਲ ਸੀਗੀ ਉਹ ਕਿੰਨੇ ਕੁ ਏਰੀਏ ਦੀ ਕੀਤੀ ਗਈ ਹੈਗੀ ਆ ਔਰ ਹੁਣ ਦਾ ਜਿਹੜਾ ਹੈਗਾ ਅੱਜ ਕਿੱਥੋਂ ਤੱਕ ਦਾ ਜਿਹੜਾ ਏਰੀਆ ਕਵਰ ਕੀਤਾ ਜਾਊਗਾ, ਉਹਨਾਂ ਨੌਜਵਾਨਾਂ ਦੀ ਭਾਲ ਕੀਤੀ ਜਾਊਗੀ ਜੀ? ਹਾਂਜੀ, ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਤਕਰੀਬਨ ਕੱਲ੍ਹ ਅਸੀਂ 5-6 ਘੰਟੇ ਦੇ ਲਗਭਗ ਅਸੀਂ ਪੂਰੇ ਦਰਿਆ ਦੇ ਵਿੱਚ ਜਿਹੜੀ ਛਾਣਬੀਣ ਕੀਤੀ, ਇੱਥੋਂ ਤਕਰੀਬਨ 25 ਕਿਲੋਮੀਟਰ ਦਾ ਸੀ ਜਿਹੜਾ ਬਕਵਾ, ਉਹ ਕੱਲ੍ਹ ਅਸੀਂ ਛਾਣਬੀਣ ਕੀਤੀ ਆ ਪੂਰੀ। ਅਤੇ ਜਿੱਥੇ ਸਾਨੂੰ ਲੱਗਦਾ ਸੀ ਵੀ ਇੱਕ ਪੁਆਇੰਟ ਆਉਂਦਾ ਆ ਵੀ ਉੱਥੇ ਪੁਆਇੰਟ ਦੇ ਉੱਪਰ ਜਾ ਕੇ ਜੋ ਡੈੱਡ ਬੋਡੀ ਜਾਂ ਕੋਈ ਪਸ਼ੂ ਵੀ ਮਰਿਆ ਹੁੰਦਾ ਅਤੇ ਜਾ ਕੇ ਉੱਥੇ ਜਾ ਕੇ ਉਹ ਡੈੱਡ ਬੋਡੀਆਂ ਰੋਕਦੀਆਂ, ਅਸੀਂ ਉੱਥੇ ਤੱਕ ਕਰ ਚੁੱਕੇ ਹਾਂ। ਅਤੇ ਅੱਜ ਸਾਨੂੰ ਪੂਰੀ ਆਸ ਆ ਸਾਡੀ ਟੀਮ ਜਿਹੜੀ ਲੱਗੀ ਹੋਈ ਆ ਵੀ ਵਿੱਚ ਜਿੱਥੇ ਸਾਨੂੰ ਪਾਣੀ ਖੜਾ ਲੱਗਦਾ ਵੀ ਕਿਤੇ ਬੋਡੀ ਕੋਈ ਫਸੀ ਤਾਂ ਨਹੀਂ ਹੈਗੀ, ਉੱਥੇ ਸਾਡੇ ਗੋਤਾਖੋਰ ਜਿਹੜੇ ਆਕਸੀਜਨ ਸਿਲੰਡਰ ਲਾ ਕੇ ਥੱਲੇ ਜਾਂਦੇ ਆ, ਫਿਰ ਜੇ ਨਹੀਂ ਤਾਂ ਫਿਰ ਇੱਦਾਂ ਸਾਈਡ ਤੇ, ਕਿਉਂਕਿ ਅੱਜ ਬੋਡੀਆਂ ਉੱਠਣ ਦਾ ਸਾਨੂੰ ਲੱਗਦਾ ਵੀ ਅੱਜ ਉੱਠ ਸਕਦੀਆਂ ਬੋਡੀਆਂ ਤੇ ਉਹ ਆਲੇ ਦੁਆਲੇ ਕਿਤੇ ਵੀ ਬੂਝਿਆਂ ਚ ਫਸ ਸਕਦੀਆਂ ਜਾਂ ਕਿਤੇ ਸਾਈਡ ਕੋਨੇ ਤੇ ਲੱਗ ਸਕਦੀਆਂ। ਤੇ ਅੱਜ ਪੂਰੀ ਸਾਡੀ ਟੀਮ ਜਿਹੜੀ ਲੱਗੀ ਹੋਈ ਹੈ ਇੱਥੇ, ਜਿਵੇਂ ਕਿ ਹੁਣ ਆ ਏਰੀਆ ਅੱਗੇ ਜਾ ਕੇ ਕਿਤੇ ਨਾ ਕਿਤੇ ਸੰਖੇਪ ਹੁੰਦਾ ਜਾ ਰਿਹਾ ਬਿਆਸ ਦਾ ਘੇਰਾ ਜਿਹੜਾ ਦਰਿਆ ਦਾ। ਹਾਂਜੀ, ਤੇ ਉੱਥੇ ਜਾਲ ਨੂੰ ਲੈ ਕੇ ਵੀ ਗੱਲ ਹੋਈ ਸੀਗੀ ਕਿ ਪਰਸੋਂ ਜਿਹੜੇ ਸੀਗੇ ਉਹ ਜਾਲ ਵੀ ਲਗਾਏ ਗਏ ਸੀਗੇ, ਤਾਂ ਉਸ ਦੌਰਾਨ ਕੋਈ ਨਾ ਕੋਈ ਸਫਲਤਾ ਮਿਲੀ ਜਾਂ ਕੁਝ ਪਤਾ ਲੱਗਾ? ਨਹੀਂ, ਜਾਲ ਵੀ ਜਿਹੜੇ ਸਾਡੇ ਇੱਥੋਂ ਰਿੰਕੂ ਵੀਰ ਆ ਤੇ ਸਾਡੇ ਦਿਲਵਾਗ ਸਿੰਘ ਜੀ ਹੁਣੀ ਮੇਰੇ ਨਾਲ ਬੈਠੇ ਆ, ਇਹਨਾਂ ਨੇ ਜਿਹੜਾ ਜਿਸ ਦਿਨ ਇਹ ਘਟਨਾ ਵਾਪਰੀ ਉਸੇ ਦਿਨ ਤੋਂ ਇਹਨਾਂ ਨਾਲ ਅਸੀਂ ਟਾਈ ਅਪ ਕਰਕੇ ਜਿਹੜੇ ਇੱਥੇ ਆਏ SHO ਬਿਆਸ ਉਹਨਾਂ ਦੇ ਨਾਲ ਗੱਲ ਕਰਕੇ, ਨਾਲ ਰਿੰਕੂ ਵੀਰ, ਇਹਨਾਂ ਨੇ ਉਸੇ ਟਾਈਮ ਜਦੋਂ ਹਾਦਸਾ ਵਾਪਰਿਆ ਇਹਨੇ ਜਾਲ ਲਾਤਾ ਸੀਗਾ ਵੀ ਬੋਡੀਆਂ ਜਿਹੜੀਆਂ ਉੱਠ ਕੇ ਜਾਲ ਚ ਫਸ ਸਕਣ, ਜਾਲ ਲੱਗਾ ਹੋਇਆ ਆ। ਇਹਨਾਂ ਨੇ ਜੋ ਇਹਨਾਂ ਹੋ ਸਕਦੀਆਂ ਵੀ ਇਹ ਕਰ ਸਕਦੇ ਆ, ਇਹਨਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਸਾਰੇ ਪ੍ਰਸ਼ਾਸਨ ਦੀ ਕੀ ਸਾਡੀ ਸੰਸਥਾ ਦੀ ਸਾਰੇ, ਅਸੀਂ ਜੁਆਇੰਟਲੀ ਇਹ ਆਪਰੇਸ਼ਨ ਜਿਹੜਾ ਇਹ ਕਰ ਰਹੇ ਹਾਂ। ਆਸ ਆ ਵੀ ਅੱਜ ਜਲਦੀ ਅਸੀਂ ਜਿਹੜਾ ਪਰਿਵਾਰ ਨੂੰ ਅਸੀਂ ਉਹ ਬੋਡੀਆਂ ਜਿਹੜੀਆਂ ਆ ਉਹ ਅੱਜ ਸੌਂਪ ਦਈਏ। ਕੱਲ ਗੋਂਦਵਾਲ ਸਾਹਿਬ ਤੱਕ ਜਿਹੜਾ ਸੀਗਾ ਉਹ ਏਰੀਆ ਜਿਵੇਂ ਜਾਂਚਿਆ ਗਿਆ ਸੀਗਾ? ਹਾਂਜੀ ਹਾਂਜੀ, ਇੱਥੋਂ ਅਸੀਂ ਤੁਰੇ ਸੀ ਬਿਆਸ ਪੁਲ ਤੋਂ, ਹਾਂਜੀ ਗੋਇੰਦਵਾਲ ਸਾਹਿਬ ਤੱਕ ਅਸੀਂ ਜਿਹੜੀਆਂ ਰਾਤ ਕਿਸ਼ਤੀਆਂ, 2 ਕਿਸ਼ਤੀਆਂ ਨਾਲ ਅਸੀਂ ਜਿਹੜੀ ਉੱਥੇ ਛਾਣਬੀਣ ਕੀਤੀ ਆ। ਕਿੰਨਾ ਏਰੀਆ ਪੈਂਦਾ ਹੈਗਾ ਇੱਥੋਂ ਨੈੱਟ ਜਿਹੜਾ? ਇਹਦਾ ਨੈੱਟ ਦੀ ਜਿਹੜਾ ਅੰਦਾਜ਼ੇ ਨਾਲ ਹੀ ਆ ਜੀ 20 ਕਿਲੋਮੀਟਰ, 20-25 ਕਿਲੋਮੀਟਰ ਦੇ ਦਾਇਰਾ ਪੈਂਦਾ ਜੀ ਇੱਥੋਂ ਦਰਿਆਵਾਂ ਦੇ ਵਿੱਚੋਂ ਦੀ। ਠੀਕ ਹੈ, ਤੇ ਇਹਦੇ ਵਿੱਚ ਜਿਹੜਾ ਹੁਣ ਅੱਜ ਦਾ ਜਿਹੜਾ ਖੇਤਰ ਰਹੂਗਾ ਉਹ ਕਿੱਥੋਂ ਤੱਕ ਅੱਗੇ ਆਪਾਂ ਜਾਵਾਂਗੇ ਹੁਣ? ਅਸੀਂ ਤਕਰੀਬਨ ਜੇ ਸਾਨੂੰ ਲੱਗਾ ਵੀ ਗੋਇੰਦਵਾਲ ਪੁਲ ਦੇ ਉੱਪਰੋਂ ਵੀ ਗਾਂਹ ਵੀ ਬੋੜੀਆਂ ਜਾ ਸਕਦੀਆਂ, ਅਸੀਂ ਉਤੋਂ ਵੀ ਗਾਂਹ ਜਾਵਾਂਗੇ, ਅੱਜ ਕਰਾਂਗੇ ਛਾਣਬੀਣ। ਉਸ ਤੋਂ ਅੱਗੇ ਹਾਂਜੀ ਉਤੋਂ ਵੀ ਗਾਂਹ ਜਾਵਾਂਗੇ, ਕੱਲ੍ਹ ਤੱਕਰ ਵੀ ਜਦੋਂ ਤੱਕਰ ਸਫਲਤਾ ਹਾਸਲ ਨਹੀਂ ਹੁੰਦੀ ਸਾਡੀ ਟੀਮ ਜਿਹੜੀ ਪ੍ਰਸ਼ਾਸਨ ਦੇ ਨਾਲ ਪਰਿਵਾਰ ਨੂੰ ਜਿਹੜਾ ਉਹ ਕਰਾਂਗੇ ਜੀ, ਸੌਂਪਾਂਗੇ। ਅੱਜ ਜਿਹੜਾ ਹੈਗਾ ਵਾ ਜਿਵੇਂ ਇੱਕ ਇਹ ਬੋਟ ਹੈਗੀ ਆ ਔਰ ਉਸ ਤੋਂ ਇਲਾਵਾ ਹੋਰ ਵੀ ਆਪਣੇ ਜਿਹੜੇ ਗੋਤਾਖੋਰ ਨੇ ਉਹ ਵੀ ਨੇ? ਹਾਂਜੀ, ਗੋਤਾਖੋਰ ਤਕਰੀਬਨ ਸਾਡੇ 8 ਗੋਤਾਖੋਰ ਦੀ ਸਾਡੀ ਟੀਮ ਆ ਰਿੰਕੂ ਹੁਣਾਂ ਦੀ, ਤੇ ਬਾਕੀ ਅੱਜ ਕਿਸ਼ਤੀ ਸਾਡੀ ਇੱਕ ਰੋਪੜ ਗਈ ਹੋਈ ਆ, 2 ਬੋੜੀਆਂ ਉੱਧਰ ਸਾਨੂੰ ਜਾਣਾ ਪੈ ਗਿਆ ਕਿ ਗੱਡੀ ਰੁੜ ਗਈ ਸੀ ਉੱਥੇ, ਉੱਥੇ ਜਾਣਾ ਪੈ ਗਈ ਸਾਡੀ ਕਿਸ਼ਤੀ। ਜੇ ਕੱਲ੍ਹ ਨੂੰ ਲੋੜ ਪਈ ਤੇ ਕੱਲ੍ਹ ਅਸੀਂ ਉਹ ਵੀ ਮੰਗਵਾਵਾਂਗੇ, ਕਿਉਂਕਿ ਅੱਜ ਜਿਹੜਾ ਕੱਲ੍ਹ 2 ਕਿਸ਼ਤੀਆਂ ਦੀ ਸੀਗੀ ਸਾਨੂੰ, ਇੱਕ ਚ ਗੋਤਾਖੋਰ ਸਿਲੰਡਰ ਰੱਖਣੇ ਪਏ ਆਕਸੀਜਨ, ਕੱਲ੍ਹ ਲੋੜ ਸੀ, ਅੱਜ ਤਾਂ ਤਕਰੀਬਨ 1 ਦਾ ਹੀ ਕੰਮ ਆ ਸਾਡਾ, 1 ਦੇ ਨਾਲ ਹੀ, ਕਿਉਂਕਿ ਅੱਜ ਲੰਮਾ ਜਾਣਾ ਆ ਤੇ 1 ਦੇ ਨਾਲ ਹੀ ਅਸੀਂ ਛਾਣਬੀਣ ਕਰਾਂਗੇ।
ਠੀਕ ਹੈ। ਤਾਂ ਕਿਤੇ ਨਾ ਕਿਤੇ ਹੁਣ ਅੱਜ ਦਾ ਜਿਵੇਂ ਕਿਉਂਕਿ ਤੀਸਰੇ ਦਿਨ ਨੂੰ ਲੈ ਕੇ ਪਹਿਲਾਂ ਵੀ ਅਜਿਹੇ ਕੇਸ ਜਿਹੜੇ ਆ ਉਹ ਉਸ ਜਗ੍ਹਾ ਦੇ ਉੱਤੇ ਵਾਪਰੇ ਨੇ, ਅਜਿਹੇ ਹਾਦਸੇ ਵਾਪਰੇ ਨੇ, ਤਾਂ ਉਹਨਾਂ ਦਰਮਿਆਨ ਜਿਹੜਾ ਹੈਗਾ ਤੀਸਰੇ ਦਿਨ ਕਿਤੇ ਨਾ ਕਿਤੇ ਡੈਡ ਬੋਡੀ ਜਿਹੜੀਆਂ ਵਾ ਕਹਿ ਲਓ ਕਿ ਫੁੱਲ ਕੇ ਬਾਹਰ ਆ ਜਾਣਾ ਜਾਂ ਅਜਿਹੇ ਚਾਂਸਸ ਹੁੰਦੇ ਆ ਕਿ ਤੀਸਰੇ ਦਿਨ ਡੈਡ ਬੋਡੀ ਰਿਕਵਰ ਹੋਈ ਦੀ, ਕਿਉਂਕਿ ਪਰਿਵਾਰਕ ਮੈਂਬਰਾਂ ਦੇ ਵੀ ਬਹੁਤ ਬੁਰੇ ਹਾਲਾਤ ਨੇ ਔਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੈਗਾ ਕਿ ਅੱਜ ਸਾਡੇ ਜਿਹੜੇ ਬੱਚੇ ਹੈਗੇ ਉਹਨਾਂ ਦਾ ਅਸੀਂ ਮੂੰਹ ਦੇਖ ਸਕੀਏ। ਕਿਉਂਕਿ ਭਾਜੀ ਤੀਸਰੇ ਕੱਲ ਪਾਣੀ ਜ਼ਿਆਦਾ ਸੀ, ਤੀਸਰੇ ਦਿਨ ਬੋਡੀ ਫੁੱਲ ਕੇ ਕਿਤੇ ਜਿੱਦਾਂ ਸਾਈਡ ਤੇ ਲੱਗ ਸਕਦੀ ਆ ਤੇ ਉੱਪਰ ਦੀ ਮਿੱਟੀ ਪੈ ਸਕਦੀ ਤਾਂ ਬੋਡੀ ਕਈ ਵਾਰੀ ਦੱਬੀ ਜਾਂਦੀ ਆ, ਰੇਤਾ ਦਾ ਸਾਈਡ ਤੇ ਕਿਨਾਰੇ ਤੇ ਲੱਗ ਗਈ ਤੇ ਰੇਤਾ ਉੱਪਰ ਚੜ ਗਈ। ਉਹ ਕੱਲ ਪਾਣੀ 28,000 ਕਿਊਸਕ ਦੇ ਲਗਭਗ, ਪਿੱਛੇ ਪ੍ਰਸ਼ਾਸਨ ਦੱਸ ਰਹੇ ਸੀ SDM ਸਾਹਿਬ ਵੀ ਕੱਲ ਦਾ ਛੱਡਿਆ ਹੋਇਆ, ਪਰ ਅੱਜ ਪਾਣੀ ਦਾ ਪੱਧਰ ਘਟਿਆ ਹੋਇਆ ਤੇ ਇਸ ਕਰਕੇ ਫਿਰ ਬੋਡੀ ਜਿਹੜੀ ਲੱਭਣੀ ਬਹੁਤ ਮੁਸ਼ਕਲ। ਅੱਜ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਅੱਜ ਕੰਮ ਆ ਉਹ ਹੈਗਾ ਤੁਰ ਕੇ, ਅੱਜ ਅਸੀਂ ਬੋਡੀ ਜਿਵੇਂ ਦਾ ਕਿਸ਼ਤੀ ਲੈ ਕੇ ਜਾਵਾਂਗੇ ਜਿਵੇਂ ਦਾ ਸਾਈਡ ਤੇ, ਕਿਉਂਕਿ ਕੱਲ ਪਾਣੀ ਵਧਿਆ ਸੀ ਤੇ ਸਾਈਡ ਤੇ ਅਸੀਂ ਜਿੱਥੇ ਜਿੱਥੇ ਕੱਲ ਪਾਣੀ ਚੜਿਆ ਹੈ ਉੱਥੇ ਉੱਥੇ ਜ਼ਿਆਦਾ ਤੁਰ ਕੇ ਅਸੀਂ ਗੋਤਾਖੋਰਾਂ ਨੂੰ ਲਾਵਾਂਗੇ ਵੀ ਕਿਤੇ ਫਸੀ ਨਾ ਹੋਵੇ ਬੋਡੀ, ਕਿਉਂਕਿ ਕਾਫੀ ਕਹਿ ਸਕਦੇ ਡੈਪਥ ਵੀ ਹੈਗੀ ਆ ਇੱਥੇ, ਡੂੰਘਾਈ ਵੀ ਹੈਗੀ ਆ, ਕਈ ਖੇਤਰ ਜਿਹੜੇ ਵਿਚਕਾਰ ਹੈਗੇ ਆ। ਬਿਲਕੁਲ ਪ੍ਰਿੰਸੀਪਲ ਜੀ, ਬਹੁਤ ਥੱਲੇ ਤਾਂ ਬਹੁਤ ਜ਼ਿਆਦਾ ਡੂੰਘਾ, ਥੱਲੇ ਵਿੱਚ ਕਈ ਕਈ ਜਗ੍ਹਾ ਤੋਂ ਵਿੱਚ ਬਹੁਤ ਜ਼ਿਆਦਾ ਡੂੰਘਾ ਵਿੱਚ। ਤਾਂ ਇਹ ਤਸਵੀਰਾਂ ਇਸ ਤਰਫ ਦੀਆਂ ਵੀ ਨਾਲ ਦਿਖਾ ਦਈਏ ਕਿ ਇਹ ਘੇਰਾ ਜਿਹੜਾ ਹੈਗਾ ਬਿਆਸ ਦਰਿਆ ਦਾ, ਪਹਿਲਾਂ ਜਿਵੇਂ ਵਿਸ਼ਾਲ ਤੁਸੀਂ ਪਿਛਲੀ ਤਰਫ ਦੇਖ ਰਹੇ ਸੀਗੇ, ਤਾਂ ਉੱਥੇ ਹੁਣ ਜਿਹੜਾ ਘੇਰਾ ਹੈਗਾ ਹੈ ਅੱਗੇ ਜਾ ਕੇ ਸੰਖੇਪ ਹੁੰਦਾ ਹੈ, ਕਿਤੇ ਨਾ ਕਿਤੇ ਦਰੇ ਜਿਹੜੇ ਨੇ ਉਹ ਬਣੇ ਹੋਏ ਨੇ ਤੇ ਅਜਿਹੇ ਹਾਲਾਤਾਂ ਦੇ ਵਿੱਚ ਅੱਜ ਜਿਵੇਂ ਤੀਸਰਾ ਦਿਨ ਹੈਗਾ ਤੇ ਇਹ ਵੀ ਚਾਂਸ ਹੁੰਦਾ ਵਾ ਕਿ ਡੈਡ ਬੋਡੀ ਦੇ ਵਿੱਚ ਜਦੋਂ ਪਾਣੀ ਵਗੈਰਾ ਜ਼ਿਆਦਾ ਭਰ ਜਾਂਦਾ ਹੈ, ਫੁੱਲ ਜਾਂਦੀ ਹੈ ਡੈਡ ਬੋਡੀ, ਤਾਂ ਉਦੋਂ ਫਿਰ ਜਿਹੜਾ ਹੈਗਾ ਹੈ ਉਹ ਡੈਡ ਬੋਡੀਆਂ ਜਿਹੜੀਆਂ ਵਾ ਉੱਭਰ ਜਾਂਦੀਆਂ ਨੇ ਤਾਂ ਨੂੰ, ਤਾਂ ਅੱਜ ਮੁੜ ਤੋਂ ਜਿਹੜਾ ਹੈਗਾ ਹੈ ਦੁਬਾਰਾ ਤੋਂ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ। ਤਾਂ ਮੇਰੇ ਨਾਲ ਨਾਕਾ ਇੰਚਾਰਜ ਵੀ ਨੇ, ਨਾਕਾ ਇੰਚਾਰਜ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਟੀਮ ਕੱਲ੍ਹ ਤੋਂ ਜੁਟੀ ਹੋਈ ਹੈ, ਕੰਮ ਕਰ ਰਹੇ ਹੋ ਤੁਸੀਂ, ਤਾਂ ਹੁਣ ਅੱਜ ਦੇ ਵਿੱਚ ਵੀ ਕਿੰਨਾ ਕੁ ਸਹਿਯੋਗ ਹੈਗਾ ਪਹਿਲਾਂ ਤਾਂ ਗੋਤਾਖੋਰਾਂ ਦੀ ਟੀਮ ਦਾ? ਗੋਤਾਖੋਰ 7-8 ਸਾਡੇ ਵੀਰ ਹੈਗੇ ਆ, ਰਿੰਕੂ ਵੀਰ ਆ ਤੇ ਹੋਰ ਵੀ ਇਹਦੇ ਨਾਲ 7-8 ਜਣੇ ਆ, ਇਹ ਨਾਲ ਪੂਰਾ ਸਾਥ ਦੇ ਰਹੇ। ਸਭ ਤੋਂ ਜ਼ਿਆਦਾ ਜਿਹੜਾ ਸਾਥ ਆ ਉਹ ਬਾਬਾ ਦੀਪ ਸਿੰਘ ਗੜਦੀਵਾਲ, ਭਾਈ ਮਨਜੋਤ ਸਿੰਘ ਆ ਜਿਹੜੇ ਕੱਲ੍ਹ ਦੇ ਆਏ, ਰਾਤ ਨੂੰ ਆਪਣੇ ਘਰਾਂ ਨੂੰ ਨਹੀਂ ਪਰਤੇ ਤੇ ਕਹਿੰਦੇ ਵੀ ਚਲੋ ਇਹਨਾਂ ਨੂੰ ਬੱਚਿਆਂ ਨੂੰ ਜਿਨ੍ਹਾਂ ਦੀਆਂ ਡੈਡ ਬੋਡੀਆਂ ਉਹਨਾਂ ਨੂੰ ਵਾਰਸਾਂ ਨੂੰ ਮਿਲ ਜਾਣ, ਪਰਦੇਸੀ ਬੰਦੇ ਆ ਤੇ ਅਸੀਂ ਵੀ ਨਾਲ ਆ, ਨਾਲ ਸਾਡੇ ਜਿਹੜੇ ਵੀ ਮੀਡੀਆ ਵਾਲੇ ਆ ਉਹ ਵੀ ਪੂਰਾ ਸਾਥ ਦੇ ਰਹੇ, ਵੇਖੋ ਸਾਡੇ ਨਾਲ ਦਰਿਆ ਦੇ ਵਿੱਚ ਨਾਲ ਜਾ ਰਹੇ ਆ ਤੇ ਪੂਰਾ ਹਰ ਬੰਦਾ ਇਹਨਾਂ ਦਾ ਸਾਥ ਦੇ ਰਿਹਾ, ਹੁਣ ਪਰਮਾਤਮਾ ਦੀ ਮਰਜ਼ੀ ਅੱਗੇ ਕੀ ਹੁੰਦਾ ਜੀ। ਤਾਂ ਬਿਲਕੁਲ ਅੱਜ ਦੀਆਂ ਜੋ ਤਸਵੀਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਅੱਜ ਮੁੜ ਤੋਂ ਜਿਹੜਾ ਹੈਗਾ ਰੈਸਕਿਊ ਆਪਰੇਸ਼ਨ ਜਿਵੇਂ ਤੁਹਾਨੂੰ ਦੱਸਿਆ ਕਿ ਸ਼ੁਰੂ ਹੋ ਰਿਹਾ ਹੈ ਔਰ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਹੁਣ ਇਹ ਟੀਮ ਜਿਹੜੀ ਹੈਗੀ ਆ ਅੱਗੇ ਜਿਵੇਂ ਕੱਲ੍ਹ ਗੋਂਦਵਾਲ ਸਾਹਿਬ ਦਾ ਏਰੀਆ ਸੀਗਾ ਤਾਂ ਉਸ ਤੋਂ ਅੱਗੇ ਤੱਕ ਵੀ ਅੱਜ ਜਿਹੜਾ ਹੈਗਾ ਇਹ ਟੀਮ ਜਾਵੇਗੀ ਔਰ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਨੂੰ ਵੀ ਆਸ ਹੈਗੀ ਆ ਕਿ ਉਹਨਾਂ ਦੇ ਜਿਹੜੇ ਸਪੁੱਤਰ ਜੋ ਕਿ ਇਸ ਹਾਦਸੇ ਦਾ ਮੰਦਭਾਗੇ ਹਾਦਸੇ ਦਾ ਸ਼ਿਕਾਰ ਹੋਏ ਨੇ ਤੇ ਉਹਨਾਂ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਉਹ ਅੱਜ ਉਹਨਾਂ ਨੂੰ ਮਿਲ ਸਕਣ ਤੇ ਉਹ ਉਹਨਾਂ ਦੀਆਂ ਅੰਤਮ ਰਸਮਾਂ ਜਿਹੜੀਆਂ ਨੇ ਉਹ ਨਿਭਾ ਸਕਣ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ, ਬਿਆਸ।